ਤੋ ਖੁਸ਼ੀ ਇਸ ਗੱਲ ਦੀ ਆ ਕਿ ਪੈਸੇ ਔਰ ਸ਼ਰਾਬ ਤੋਂ ਬਿਨਾ ਵੀ ਚੋਣਾ ਜਿੱਤਿਆ ਜਾ ਸਕਦਾ ਮੈਂ ਉਦੋਂ ਪਿੰਡਾਂ ਚ ਮੂਵਮੈਂਟ ਕਰ ਰਿਹਾ ਸੀਗਾ ਤੇ ਮੈਨੂੰ ਫੋਨ ਆਇਆ ਵੀ ਤੁਹਾਡੀ ਟਿਕਟ ਅਨਾਉਂਸ ਹੋ ਗਈ ਹੈ ਤੁਹਾਡੇ ਚੈਨਲ ਨੂੰ ਲੱਖਾਂ ਲੋਕ ਸੁਣਦੇ ਹੋਣਗੇ ਮੈਂ ਉਸ ਸੀਨ ਦੱਸ ਰਿਹਾ ਤਾਂ ਮੈਂ ਉਸ ਵੇਲੇ ਕਪੜੇ ਤੋੜ ਰਿਹਾ ਸੀਗਾ ਆਪਣੇ ਅੰਦਰ ਬਾਥਰੂਮ 'ਚ ਤੇ ਬਾਹਰੋਂ ਉਸ ਵੇਲੇ ਅਨਾਉਂਸਮੈਂਟ ਹੋ ਗਈ ਸੀਗੀ ਵੀ ਮਾਰਜੁਗ ਮੁੱਖ ਮੰਤਰੀ ਬੋਗਨ ਸਿੰਘ ਮਾਨ ਜੀ ਦੇ ਆ 10 ਕੈਬਨਿਟ ਦੇ ਚਿਹਰੇ ਹੋਣਗੇ ਤਾਂ মিডিਆ ਵਾਲੇ ਮੇਰੇ ਬਾਹਰ ਖੜੇ ਸੀਗੇ ਉਦੋਂ ਚੰਡੀਗੜ੍ਹ ਮੇਥੇ ਰਹਿ ਰਿਹਾ ਸੀਗਾ ਮੈਂ ਵਿਧਾਇਕ ਬਣ ਗਿਆ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਮੈਨੂੰ ਪਾਰਟੀ ਨੇ ਕੈਬਨਿਟ ਦਾ ਦਰਜਾ ਦਿੱਤਾ ਇਹ ਮੇਰੀਆਂ ਕਲਪਨਾਵਾਂ ਤੋਂ ਪਰੇ ਹੈ ਮੇਰੇ ਮੇਰੀ ਖੁਆਇਸ਼ਾਂ ਤੋਂ ਪਰੇ ਹੈ ਸੱਚ ਕਲਜੀ ਪੰਜਾਬ ਟੂਡੇ ਦੇ ਵਿਸ਼ੇਸ਼ ਪ੍ਰੋਗਰਾਮ ਸ਼ਖਸ਼ੀਅਤ ਟੂਡੇ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਪਠਾਨਕੋਟ ਚਲੇ ਦੇ ਛੋਟਾ ਜਿਹਾ ਪਿੰਡ ਘਟਾਰੂ ਚੱਕ ਜੋ ਅੱਜ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੋ ਗਿਆ ਜੀ ਹਾਂ ਲਾਲਚੰਦ ਘਟਾਰੂ ਚੱਕ ਜੀ ਜੋ ਫੂਡ ਸਪਲਾਈ ਮਨਿਸਟਰ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਪੰਜ ਵਾਰ ਦੀ ਸਰਪੰਚੀ ਕਰਨ ਤੋਂ ਬਾਅਦ ਐਮ ਐਲ ਏ ਬਣਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਉਹਨਾਂ ਦੀ ਸਾਦਗੀ ਨੂੰ ਵੇਖਣਿਆ ਹੋਇਆ ਉਹਨਾਂ ਨੂੰ ਨਾਮ ਵਜੋ ਸਰਕਾਰ ਦੇ ਵਿੱਚ ਕੈਬਨਿਟ ਪੋਰਟਫੋਲੀਓ ਮਿਲਿਆ ਫੂਡ ਸਪਲਾਈ ਮਨਿਸਟਰ ਦਾ ਆਓ ਅੱਜ ਜੀ ਉਹਨਾਂ ਦੇ ਬੈਕਗ੍ਰਾਉਂਡ ਬਾਰੇ ਜਾਣਦੇ ਹਾਂ ਅਤੇ ਆਪ ਸਭ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਲਾਲਚੰਦ ਘਟਾਰੂ ਚੱਕ ਜੀ ਦਾ ਆਪਣੇ ਹਲਕੇ ਨੂੰ ਲੈ ਕੇ ਕੀ ਵਿਜ਼ਾ ਸਭ ਤੋਂ ਪਹਿਲੇ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਟੂਡੇ ਦੇ ਵਿੱਚ ਸਸਿਕਾ ਜੀ ਤੁਹਾਡੇ ਸਾਰੇ ਚੈਨਲ ਦੇ ਦਰਸ਼ਕਾਂ ਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਤੁਹਾਡਾ ਵੈਲਕਮ ਹੈ ਜੀ ਸਵਾਗਤ ਹੈ ਔਰ ਮੈਂ ਆਸ ਉਮੀਦ ਕਰਦਾ ਤੁਹਾਡੇ ਸਾਰੇ ਦਰਸ਼ਕ ਚੜ੍ਹਦੀ ਕਲਾ 'ਚ ਹੋਣਗੇ ਮੇਰੀ ਖੁਆਇਸ਼ ਵੀ ਔਰ ਮੈਂ ਉਮੀਦਾਂ ਵੀ ਕਰਦਾ ਸਭ ਤੰਦਰੁਸਤ ਹੋਣਗੇ ਆਪਣੇ ਘਰਾਂ 'ਚ ਬਹੁਤ ਬਹੁਤ ਧੰਨਵਾਦ ਲਾਲਚੰਦ ਜੀ ਕਿਵੇਂ ਜੀ ਐਡਾ ਵੱਡਾ ਮੰਡੇਟ ਪੰਜਾਬ ਦੇ ਵਿੱਚ ਮਿਲਿਆ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਬੇਸਿਕਲੀ ਪੰਜਾਬ ਦੇ ਲੋਕ ਜਿਹੜਾ ਰਵਾਇਤੀ ਪਾਰਟੀਆਂ ਦਾ ਕਾਰਸ਼ੈਲੀ ਪੰਜਾਬ ਦੇ ਅੰਦਰ ਲੰਬੇ ਸਮੇਂ ਤੋਂ ਉਹਨਾਂ ਨੇ ਮੋਖਾ ਦੇ ਤਰ ਰਵਾਇਤੀ ਪਾਰਟੀਆਂ ਨੂੰ ਪਰ ਲੋਕ ਮਹਿਸੂਸ ਕਰਦੇ ਆ ਵੀ ਦੋਵੇਂ ਰਵਾਇਤੀ ਪਾਰਟੀਆਂ ਇੱਕੋ ਫਰੇਮਵਰਕ ਚ ਕੰਮ ਕਰਦੀਆਂ ਅ ਬਸ ਬੇਸਕ ਭਾਵੇਂ ਉਹਨਾਂ ਦੇ ਚੰਡੇ ਵੱਖਰੇ ਆ ਪਾਰਟੀਆਂ ਦਾ ਨਾਮ ਵੱਖਰਾ ਪਰ ਪੰਜਾਬ ਦੇ ਲੋਕ ਲੰਬੇ ਅਰਸੇ ਤੋਂ ਇੱਕ ਬਦਲ ਦੀ ਭਾਲ ਵਿੱਚ ਸਨ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਆਸਾਂ ਉਮੀਦਾਂ ਦੇ ਖਰੇ ਉੱਤਰ ਦੀ ਉਹਨਾਂ ਨੂੰ ਮਹਿਸੂਸ ਹੋਈ ਜਿਹਦੇ ਕਰਕੇ ਹਾਲੀਆਂ ਚੋਣਾਂ ਦੇ ਅੰਦਰ ਪੰਜਾਬ ਦੇ ਦਾਨ ਸੰਬੰਧ ਲੋਕਾਂ ਨੇ ਚੇਤਨ ਲੋਕਾਂ ਨੇ ਜ਼ਜ਼ਾਰੂ ਲੋਕਾਂ ਨੇ ਬੰਪਰ ਵੋਟਾਂ ਵਾਕੇ ਆਮ ਆਦਮੀ ਪਾਰਟੀ ਨੂੰ ਸੱਤਾ ਚ ਲਿਆਂਦਾ ਔਰ ਇਹਦੇ ਪਿੱਛੇ ਜਿਹੜੀ ਲੋਕਾਂ ਦੇ ਮਨਾਂ 'ਚ ਨਿਰਾਸ਼ਾ ਸੀਗੀ ਰਵਾਇਤੀ ਪਾਰਟੀਆਂ ਦੇ ਪ੍ਰਤੀ ਮੋਹ ਭੰਗ ਜਿਹੜਾ ਹੋਇਆ ਸੀਗਾ ਬੇਸਿਕ ਕਾਰਨ ਉਹ ਸੀਗਾ ਦੂਸਰਾ ਆਮਦਨੀ ਪਾਰਟੀ ਦੇ ਸੁਪਰੀਮੋ ਮਾਨਜੋਗ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਦਿੱਲੀ ਮਾਡਲ ਹੈ ਜਿਸ ਮਾਡਲ ਨੇ ਪੂਰੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਆਪਣੇ ਵਾਲੇ ਪਾਸੇ ਖਿੱਚੀਆਂ ਉਹ ਮਲੂਣਾ ਨੂੰ ਸੋਚਣ ਲਈ ਮਜਬੂਰ ਕੀਤਾ ਸੋ ਪੰਜਾਬ ਦੇ ਲੋਕ ਸਦਾ ਹੀ ਇੱਕ ਵੇਤਰਪ ਵਿਖਲੇ ਸੰਘਰਸ਼ ਕਰਦੇ ਆ ਸੋ ਉਹਨਾਂ ਨੂੰ ਲੱਗਿਆ ਵੀ ਆਮਦਨੀ ਪਾਰਟੀ ਇੱਕ ਬਿਹਤਰ ਸਬਸਟੀਟਿਊਟ ਆ ਪੰਜਾਬ ਦੇ ਅੰਦਰ ਜਿਸ ਕਰਕੇ ਉਹਨੇ ਆਮਦਨੀ ਪਾਰਟੀ ਨੂੰ ਮੌਕਾ ਦਿੱਤਾ ਤੇ ਅੱਜ 92 ਸੀਟਾਂ ਜਿੱਤ ਕੇ ਇਤਿਹਾਸ ਦੇ ਅੰਦਰ ਪਹਿਲੀ ਵਾਰ ਇੰਨੀ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਸਮਰਥਨ ਦਿੱਤਾ ਹੋਵੇ ਇਹ ਕਲਪਨਾਵਾਂ ਤੋਂ ਪਰੇ ਆ ਸੋ ਕਹਿ ਸਕਦੇ ਹਾਂ ਕਿ ਪੰਜਾਬ ਦੀ ਧਰਤੀ ਜਿੱਥੇ ਚੱਪਾ-ਚੱਪਾ ਲੋਕਾਂ ਨੇ ਆਪਣੇ ਬਲਦਾਨ ਦਿੱਤੇ ਆ ਸਰਵੰਸ ਵਾਰਿਆ ਆ ਬਹੁਤ ਵੱਡਾ ਇਤਿਹਾਸ ਆਪਣਾ ਦਾ ਇੱਕ ਵਾਰਾਂ ਫੇਰ ਉਹਨੇ ਅਸਲਟ ਕੀਤਾ ਪੰਜਾਬ ਨੇ ਚੰਗੇ ਭਵਿੱਖ ਲਈ ਚੰਗੀ ਜ਼ਿੰਦਗੀ ਦੇ ਲਈ ਜਿਹਦਾ ਪ੍ਰਣਾਮ ਆਪ ਕੀ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਚਾਹੀਏ ਲਾਲ ਸਿੰਘ ਜੀ ਕਿਵੇਂ ਸਿਆਸਤ ਚੋਣਾ ਕਿਵੇਂ ਹੋਇਆ ਮੈਂ ਤਾਂ ਬਿਲਕੁਲ 17 ਸਾਲ ਦੀ ਉਮਰ 'ਚ ਜਦੋਂ ਇੱਕ ਨੌਜਵਾਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਸੋਚਦਾ ਆਪਣੀ ਪੜ੍ਹਾਈ ਬਾਰੇ ਸੋਚਦਾ ਆਪਣੇ ਫਿਊਚਰ ਬਾਰੇ ਸੋਚਦਾ ਤਾਂ ਮੈਂ ਉਸ ਵੇਲੇ ਮੇਰੇ ਇਲਾਕੇ ਦੇ ਵਾਲੇ-ਦੁਆਲੇ ਜਿਹੜੀ ਅਵਸਥਾ ਸੀਗੀ ਉਹਨੂੰ ਚੇਂਜ ਕਰਨ ਦਾ ਇੱਕ ਮਨ ਦੇ ਅੰਦਰ ਬਲਬਲਾ ਪੈਦਾ ਹੋਇਆ ਸੋ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦਾ ਪ੍ਰਚਾਰ ਕਰਨਾ ਪਸਾਰ ਕਰਨਾ ਇਹ ਟਾਰਗੇਟ ਮਿਤਕੀ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਬੜੀ ਛੋਟੀ ਜੀ ਉਮਰ ਜੀ ਕੋਮਲ ਉਮਰ ਦੇ ਵਿੱਚ ਮੈਂ ਇਸ ਪਾਸੇ ਤੁਰਿਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਉਸ ਪੀਰੀਅਡ ਦੇ ਅੰਦਰ ਅਸੀਂ ਪਿੰਡਾਂ ਦੇ ਵਿੱਚ ਆਈ ਕੈਂਪ ਲਵਾਣੇ ਬਲੱਡ ਡੋਨੇਸ਼ਨ ਕੈਂਪ ਲਾਣੇ ਔਰ ਖਾਸ ਕਰਕੇ ਜਦੋਂ ਕਾਰਗਲ ਦਾ ਐਪੀਸੋਡ ਹੋਇਆ ਅਸੀਂ ਉਦੋਂ ਵੀ ਬਹੁਤ ਵੱਡੇ ਇਥੇ ਬਲੱਡ ਦੇ ਕੈਂਪ ਜਿਹੜਾ ਆਰਗੇਨਾਈਜ਼ ਕੀਤੇ ਸੋ ਆਪਣੇ ਇਲਾਕੇ ਦੇ ਅੰਦਰ ਨੌਜਵਾਨਾਂ ਨੂੰ ਆਰਗੇਨਾਈਜ਼ ਕਰਨਾ ਚੰਗੀ ਸੇਧ ਦੇਣ ਦੇ ਲਈ ਭਗਤ ਸਿੰਘ ਦੇ ਵਿਚਾਰਾਂ ਤੋਂ ਮੇਨਲੀ ਪ੍ਰੇਰਨਾ ਲੈਣੀ ਸੋ ਇਹ ਲਗਾਤਾਰ ਅਸੀਂ ਉਸ ਸਰਗਰਮੀਆਂ ਉਸ ਵੇਲੇ ਕਰਦੇ ਰਹੇ ਹਾਂ ਸਹਜੇ ਸਹਜੇ ਉਹਨਾਂ ਸਰਗਰਮੀਆਂ ਨੂੰ ਕਰਦੇ ਆ ਕਰਦੇ ਆ ਇਹ ਲੱਗਿਆ ਕਿ ਪਿੰਡਾਂ ਦੇ ਅੰਦਰ ਕੋਈ ਚੇਂਜ ਕੀਤੀ ਜਾਵੇ ਕੋਈ ਪੰਚਾਇਤਾਂ ਦੇ ਦਖਲ ਸਾਡਾ ਹੋਵੇ ਤਾਂ ਇਹ ਮੇਰਾ ਜਿਹੜਾ ਆ ਉਸ ਵੇਲੇ ਜਦੋਂ ਮੈਂ ਅਜੇ ਇੱਕ ਵੀ ਅੰਡਰਏਜ ਸੀਗਾ ਉਸ ਵੇਲੇ ਮੈਂ ਵਰਕ ਸ਼ੁਰੂ ਕੀਤਾ ਆਸੇ ਪਾਸੇ ਪ੍ਰਸ਼ਾਸਨ ਦੇ ਅੰਦਰ ਜਿਹੜੀ ਲੋਟ ਹੁੰਦੀ ਸੀਗੀ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਪਿੰਡੂ ਜੀਵਨ ਦੇ ਅੰਦਰ ਜਿਹੜਾ ਗਰੀਬ ਗਰੁੱਪਾਂ ਦੀ ਵਾਹ ਫੜਨੀ ਉਹਨਾਂ ਨਜ਼ਦੀਕਾਂ ਅੰਦਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਸੋ ਉੱਥੋਂ ਅਸੀਂ ਇੱਕ ਆਪਣਾ ਕੰਮ ਸ਼ੁਰੂ ਕੀਤਾ ਅ ਦੇਖ ਰਿਹਾ ਸੀਗਾ ਕਿ ਤੁਸੀਂ ਪਿਛਲੀ ਵਾਰੀ ਆਰਐਮਪੀਆਈ ਵੱਲੋਂ ਇਲੈਕਸ਼ਨ ਲੜੇ ਸੀ ਤੇ ਲਗਭਗ 13000 ਵੋਟ ਲੈ ਕੇ ਤੁਸੀਂ ਇਲਾਕੇ ਦੇ ਵਿੱਚ ਵਿਚਰੇ ਉਸ ਤੋਂ ਬਾਅਦ 50000 ਵੋਟ ਦਾ ਤੁਸੀਂ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਇਨਾ ਵੱਡਾ ਮਾਰਜਨ ਕਵਰ ਕਰਨਾ ਇਟਸ ਅ ਰੀਅਲੀ ਗ੍ਰੇਟ ਥਿੰਗ ਕਿ ਕਿਵੇਂ ਵੇਖ ਰਹੇ ਹੋ ਇਸ ਚੀਜ਼ ਦੇਖੋ ਮੈਂ ਬਿਫੋਰ 35 ਦੇ ਤੋਂ 34 ਸਾਲਾਂ ਤੋਂ ਲੋਕਾਂ ਦੇ ਅੰਦਰ ਮੈਂ ਵਿਚਰਦਾ ਔਰ ਇਹਨਾਂ 34 ਸਾਲਾਂ ਦੇ ਅੰਦਰ ਜਿਹੜੀ ਮੇਰੀ ਸਭ ਤੋਂ ਵੱਡੀ ਪੂੰਜੀ ਹੈ ਉਹ ਇਹ ਆ ਕਿ ਮੈਂ ਆਪਣੀ ਕ੍ਰੈਡੀਬਿਲਟੀ ਨੂੰ ਕਾਇਮ ਰੱਖਿਆ ਲੋਕਾਂ 'ਚ ਆਮ ਤੌਰ ਤੇ ਸਿਆਸਤ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਮਿਲਦੇ ਆ ਇੱਕ ਸਿਆਸਤ ਦੇ ਅੰਦਰ ਤੁਹਾਨੂੰ ਜੇ ਪੰਜਾਬੀ 'ਚ ਕਹੀਏ ਤੇ ਮਲਾਈ ਖਾਣ ਵਾਲੇ ਲੋਕ ਮਿਲਦੇ ਆ ਇੱਕ ਸਿਆਸਤ ਦੇ ਅੰਦਰ ਉਹ ਲੋਕ ਨੇ ਜਿਹੜੇ ਪੰਜਾਬ ਦੀ ਵਹਿਤਰੀ ਲੋਕਾਂ ਦੀ ਵਹਿਤਰੀ ਲਈ ਸੋਚਦੇ ਆ। ਸੋ ਆ ਲੋਕਾਂ ਦੇ ਨਾਲ ਇੰਟੈਗ੍ਰਿਟੀ ਤੇ ਇਮਾਨਦਾਰੀ ਇਹ ਮੈਂ ਆਪਣੇ ਜੀਵਨ ਦਾ ਇੱਕ ਮੇਰਾ ਪਾਰਟ ਰਿਹਾ ਲਾਈਫ ਦਾ ਸਟਾਈਲ ਰਿਹਾ ਮੇਰਾ। ਔਰ ਜਿਹਦੇ ਕਰਕੇ ਮੈਨੂੰ ਹਲਕੇ ਦੇ ਲੋਕ ਸਦਾ ਹੀ ਪਿਆਰ ਦਿੰਦੇ ਰਹੇ ਆ। ਉਸ ਵੇਲੇ ਵੀ 13000 ਵੋਟ ਖੜਨੀ ਆਪਣੇ ਆਪ ਦੀ ਬਹੁਤ ਵੱਡੀ ਗੱਲ ਸੀਗੀ। ਜਦੋਂ ਤੁਹਾਡੇ ਕੋ ਰਾਜ ਭਾਗ ਦੇ ਨੇੜੇ ਜਾਣ ਵਾਲਾ ਮੰਚ ਵੀ ਨਾ ਹੋਵੇ ਜਦੋਂ ਤੁਹਾਡੇ ਕੋਲ ਕੇਵਲ ਇੱਕ ਆਪਣਾ ਇੰਡੀਵਿਜੂਅਲ ਜਾਂ ਆਪਣੀ ਇੱਕ ਟੀਮ ਦਾ ਹੀ ਮਤਲਬ ਤੁਹਾਡੇ ਕੋਲ ਦਰਮਦਾਰ ਹੋਵੇ ਤਾਂ ਉਸ ਵੇਲੇ ਵੀ ਇਹ ਵੋਟ ਜਿਹੜੀ ਬਹੁਤ ਵੱਡੀ ਸੀ ਜਦੋਂ ਕਾਂਗਰਸੀ ਲਹਿਰ ਸੀ ਪੰਜਾਬ ਦੇ ਅੰਦਰ ਸੋ ਇਸ ਵਾਰ ਕਿਉਂਕਿ ਮੈਨੂੰ ਬਹੁਤ ਹੀ ਖੂਬਸੂਰਤ ਸਪੋਰਟ ਲੋਕਾਂ ਚੋਂ ਮਿਲੀ ਹੈ ਇਹਦੇ ਪਿੱਛੇ ਅਜੇ ਲੋਕਾਂ ਦੇ ਮਨਾਂ 'ਚ ਜਿਹੜਾ ਆਮ ਆਦਮੀ ਪਾਰਟੀ ਦੇ ਪ੍ਰਤੀ ਇੱਕ ਸਤਕਾਰ ਤੇ ਉਭਾਰ ਸੀਗਾ ਕੁਝ ਮੇਰਾ ਆਪਣਾ ਵੀ ਮਾੜਾ ਮੋਟਾ ਹੋਊਗਾ ਮੈਂ ਸਮਝਦਾ ਵੀ ਲੋਕਾਂ ਨੇ ਪੰਜਾਬ ਦੇ ਅੰਦਰ ਚੇਂਜ ਲਈ ਵੋਟਾਂ ਪਾਈਆਂ ਨੇ ਸੂਪੋ ਆ ਵੀ ਪੰਜਾਬ ਦਾ ਪਾਰਟ ਹੁਣ ਕਰਕੇ ਇੱਥੇ ਵੀ ਲੋਕਾਂ ਨੇ ਅ ਮਰਲੋ ਮੈਨੂੰ ਬਹੁਤ ਵੱਡਾ ਸਮਰਥਨ ਦਿੱਤਾ ਔਰ ਖਾਸ ਕਰਕੇ ਉਸ ਦੌਰ ਚ ਜਦੋਂ ਤੁਸੀਂ ਇਲੈਕਸ਼ਨ ਦੀ ਗੱਲ ਛੜੀ ਹੈ ਇਹ 51000 ਵੋਟ ਲੈਣ ਦੇ ਲਈ ਸਾਡੀ ਟੀਮ ਨੇ ਲਗਾਤਾਰ 1.5 ਸਾਲ ਚੱਜ ਨਾਲ ਸੁੱਤੇ ਨਹੀਂ ਅਸੀਂ ਜਣੀ ਦਿਨ ਰਾਤ ਕੰਮ ਕੀਤਾ ਜਿਹੜੀਆਂ ਗਰੰਟੀਆਂ ਪਾਰਟੀ ਲੈ ਕੇ ਆਂਦੀ ਰਹੀ ਸੀਗੀ ਉਹਨਾਂ ਤੇ ਕੰਮ ਕਰਨਾ ਸਾਡੀਆਂ ਕੁੜੀਆਂ ਨੇ ਇਥੋ ਦੀਆਂ ਨੇ ਸਾਲ-ਸਾਲ ਦੇ ਬੱਚੇ ਆਪਣੇ ਕੁਸੜਾਂ ਚ ਚੁੱਕ ਕੇ ਤੇ ਆਪਣੇ ਘਰਾਂ ਦੇ ਕੰਮਕਾਜਾਂ ਤੋਂ ਲਾਂਭੇ ਜਾ ਕੇ ਮੇਰੀ ਕੈਂਪੇਨ ਚ ਸਮੂਲੀਅਤ ਕੀਤੀ ਆ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਜਿਹੜੇ ਘਰੋਂ ਖਾ ਕੇ ਆਂਦੇ ਘਰ ਜਾ ਕੇ ਖਾਂਦੇ ਸੀਗੇ ਸੋ ਇੱਕ ਪਾਸੇ ਬਹੁਤ ਵੱਡਾ ਪੈਸਾ ਸੀਗਾ ਬਹੁਤ ਵੱਡਾ ਦੱਸ ਦਾ ਮਾਹੌਲ ਸੀਗਾ ਪਿੰਡਾਂ ਦੇ ਅੰਦਰ ਜਿਹੜਾ ਵੀ ਬੰਦਾ ਆਮ ਆਦਮੀ ਪਾਰਟੀ ਦਾ ਝੰਡਾ ਲਾਉਂਦਾ ਸੀ ਆਪਣੇ ਘਰ ਦੇ ਉੱਤੇ ਤਾਂ ਪਿੰਡ ਦਾ ਜਿਹੜਾ ਉਹਨਾਂ ਦਾ ਸਰਕਾਰੀ ਧਿਰ ਦਾ ਬੰਦਾ ਜਾ ਕੇ ਉਹਨੂੰ ਥ੍ਰੈਡ ਕਰਦਾ ਸੀ ਤੁਹਾਡਾ ਨੀਲਾ ਕਾੜ ਕੱਢ ਦੇਾਂਗੇ ਤੁਹਾਡੀ ਪੈਨਸ਼ਨ ਕਟਾ ਦੇਾਂਗੇ ਆਮ ਆਦਮੀ ਪਾਰਟੀ ਦਾ ਝੰਡਾ ਡਾਊਨ ਕਰੋ ਸੋ ਉਸ ਹੌਲ ਦੇ ਵਿੱਚੋਂ ਵੀ ਲੋਕਾਂ ਨੇ ਮੈਨੂੰ ਜਿਤਾ ਕੇ ਭੇਜਿਆ ਮੈਂ ਸਮਝਦਾ ਵੀ ਲੋਕਾਂ ਦੇ ਚਰਨਾਂ 'ਚ ਮੇਰਾ ਸਿਰ ਝੁਕਦਾ ਲੋਕਾਂ ਨੇ ਬਿਨਾਂ ਕੁਝ ਲੈ ਦੇ ਕੇ ਅਸੀਂ ਨਾ ਤਾਂ ਸ਼ਰਾਬ ਪੀਈ ਨਾ ਪੈਸਾ ਮਨ ਲੋਕਾਂ ਨੂੰ ਦਿੱਤਾ ਸੋ ਪੈਸਾ ਔਰ ਸ਼ਰਾਬ ਦੇ ਖਿਲਾਫ ਲੜਾਈ ਜਿੱਤ ਕੇ ਆਏ ਆਂ ਖੁਸ਼ੀ ਇਸ ਗੱਲ ਦੀ ਆ ਵੀ ਇਹ ਰਾਹ ਪਦਰਾ ਹੋ ਗਿਆ ਕਿ ਪੈਸੇ ਔਰ ਸ਼ਰਾਬ ਤੋਂ ਬਿਨਾ ਵੀ ਚੋਣਾ ਜਿੱਤਿਆ ਜਾ ਸਕਦੀ ਹੈ ਇਹ ਬਹੁਤ ਵੱਡਾ ਇੱਕ ਇਸ਼ਾਰਾ ਹੈ ਉਹਨਾਂ ਹਾਕਮਾਂ ਨੂੰ ਪੰਜਾਬ ਦੇ ਉਹਨਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੂੰ ਜਿਹੜੇ ਸਮਝਦੇ ਸਨ ਵੀ ਪੈਸੇ ਦੇ ਬਲ ਦੇ ਉੱਤੇ ਅਸੀਂ ਲੋਕਾਂ ਦੀ ਵੋਟਾਂ ਲੁੱਟ ਲੈਣੀਆਂ ਨੇ ਇਹ ਉਹਨਾਂ ਨਮੂਨਤ ਇੱਕ ਚੰਡ ਵੀ ਹੈ ਸੋ ਬਹੁਤ ਸਾਰੇ ਸਿੰਪਲ ਲੋਕ ਜਿੱਤ ਕੇ ਆਏ ਆ ਔਰ ਉਸ ਜਿੱਤ ਦੇ ਪਿੱਛੇ ਪੰਜਾਬ ਦੀਆਂ ਜਿਹੜੀਆਂ ਸ਼ਾਨਦਾਰ ਰਵਾਇਤਾਂ ਨੇ ਪੰਜਾਬ ਦੇ ਲੋਕਾਂ ਦੇ ਮਾਨਾਂ ਤੇ ਜਨਾਂ ਦਾ ਬੜਾ ਵੱਡਾ ਅਸਰ ਹੈ ਉਹਨਾਂ ਦਾ ਮੈਂ ਸਮਝਦਾ ਉਹਨਾਂ ਨੇ ਕੰਮ ਕੀਤਾ। ਲਾਲਚੰਦ ਜੀ ਕਿਵੇਂ ਜਿਵੇਂ ਅਕਸਰ ਸੁਣਨ ਚਾਇਆ ਕਿ ਸਿਆਸਤ ਬੜੀ ਮਹਿੰਗੀ ਹੋ ਗਈ ਉਹਦਾ ਕਾਰਨ ਕੀ ਹੈ ਕਿ ਜਦੋਂ ਵੀ ਤੁਸੀਂ ਕੈਂਪੇਨਿੰਗ ਕਰਦੇ ਹੋ ਜਾਂ ਜਾਂਦੇ ਹੋ ਤਾਂ ਖਰਚ ਬਹੁਤ ਜ਼ਿਆਦਾ ਹੋ ਜਾਂਦਾ ਤੇ ਮੈਂ ਦੇਖ ਰਿਹਾ ਸੀਗਾ ਕਿ ਕਿਵੇਂ ਇੱਕ ਸਿੰਪਲ ਸਾਧਾਰਨ ਪਰਿਵਾਰ ਚੋਂ ਨਿਕਲ ਕੇ ਤੁਸੀਂ ਇੰਨੀ ਮਿਹਨਤ ਕਰਕੇ ਇਸ ਮੁਕਾਮ ਤੱਕ ਪਹੁੰਚੇ ਹੋ। ਕੋਈ ਜੀਵਨ ਦੇ ਵਿੱਚ ਅਜਿਹੀ ਮੂਮੈਂਟ ਵੀ ਆਈ ਵੀ ਜਿਸ ਚੋਂ ਨਿਰਾਸ਼ਾ ਜਾਂ ਉਦਾਸੀ ਹੋਈ ਹੋਵੇ। ਕਿਉਂਕਿ ਸਿਆਸਤ ਬਹੁਤ ਮਹਿੰਗੀ ਆ ਪੈਸਾ ਬਹੁਤ ਬਲਕ ਚਾਹੀਦਾ ਹੁੰਦਾ ਇਸ ਚੀਜ਼ ਦੇ ਵਿੱਚ ਕੋਈ ਅਜਿਹੀ ਮੂਮੈਂਟ ਹੋਵੇ ਜਿਹੜੀ ਤੁਹਾਡੀ ਜੀਵਨ ਦੇ ਵਿੱਚ ਜਿਹੜੀ ਤੁਸੀਂ ਸ਼ੇਅਰ ਕਰਨੀ ਚਾਹੋ ਲਾਜ਼ਮੀ ਦੇਖੋ ਆਪਾਂ ਮਨੋਖਾ ਪੱਥਰ ਨਹੀਂ ਹਾਂ ਮਨੋਖ ਤੇ ਹਰ ਮੌਸਮ ਦਾ ਅਸਰ ਹੁੰਦਾ ਔਰ ਕਦੀ ਕਦੀ ਲਾਜ਼ਮੀ ਮਨ ਦੇ ਅੰਦਰ ਇਹ ਸੋਚ ਉੱਭਰਦੀ ਸੀਗੀ ਵੀ ਆਪਣਾ ਪੰਜਾਬ ਕਦੋਂ ਵੇਤਰ ਹੋਏਗਾ ਮੇਰਾ ਇਲਾਕਾ ਕਦੋਂ ਵੇਤਰ ਹੋਏਗਾ ਕਦੇ-ਕਦੇ ਇਹ ਮੰਨਤੇ ਇਸ ਗੱਲ ਦਾ ਅਸਰ ਜ਼ਰੂਰ ਹੁੰਦਾ ਸੀਗਾ ਪਰ ਕਿਉਂਕਿ ਜਦੋਂ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਦੇਖਦੇ ਆਂ ਪੰਜਾਬ ਦੀਆਂ ਉਹਨਾਂ ਸ਼ਾਨਦਾਰ ਇਨਕਲਾਬੀ ਰਵਾਇਤਾਂ ਨੂੰ ਪੜ੍ਹਦੇ ਆਂ ਗਉਂ ਨਾ ਦੇਖਦੇ ਆਂ ਤਾਂ ਫਿਰ ਉਹ ਗੱਲਾਂ ਚੇਤੇ ਆਂਦੀਆਂ ਨੇ ਜਿੱਥੇ ਲੋਕਾਂ ਨੇ ਸਰਵੰਸ ਵਾਰ ਕੇ ਵੀ ਕਿਹਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸੋ ਉਹ ਰਵਾਇਤਾਂ ਨੇ ਸਾਨੂੰ ਚੜ੍ਹਦੀ ਕਲਾ 'ਚ ਰੱਖਿਆ ਹਮੇਸ਼ਾ ਜਿੱਥੇ ਤੱਤੀਆਂ ਤਵੀਆਂ ਤੇ ਵਾ ਕੇ ਲੋਕਾਂ ਨੇ ਮਤਲਬ ਜਿਹੜਾ ਸੀ ਨਹੀਂ ਕੀਤਾ ਸਿੱਧੇ ਆਜਮ ਭਗਤ ਸਿੰਘ ਨੇ 23 ਸਾਲ ਦੀ ਉਮਰ ਦੇ ਵਿੱਚ ਇਸ ਮੁਲਕ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ ਬਾਬਾ ਸਾਹਿਬ ਡਾਕਟਰ ਬੀ ਆਰ Ambedkar ਜੀ ਨੇ ਜਿਨ੍ਹਾਂ ਨੇ ਬਹੁਤ ਜਲਾਰਦ ਭਰੀ ਜ਼ਿੰਦਗੀ ਨੂੰ ਫੇਸ ਕਰਦੇ ਆਂ ਔਰ ਬਹੁਤ ਵੱਡਾ ਮਕਾਮ ਹਾਸਲ ਕੀਤਾ ਦੱਬੇ ਕੁਚਲੇ ਲੋਕਾਂ ਦੀ ਲੜਾਈ ਲੜਦੇ ਆਂ ਤੇ ਇਹ ਜਿਹੜੇ ਸੱਭੇ ਸ਼ਖਸੀਤਾਂ ਨੇ ਸੱਭੇ ਜਿਹੜੇ ਰੋਲ ਮਾਡਲ ਨੇ ਸਾਡੇ ਸਾਹਮਣੇ ਉਹਨਾਂ ਨੂੰ ਕਿਤੇ ਨਾ ਕਿਤੇ ਮਤਲਬ ਸਵੇਰੇ ਸਾਮੀ ਜਦੋਂ ਉਹਨਾਂ ਦੀਆਂ ਫੋਟੋਆਂ ਵੇਖਦੇ ਆ ਮਾੜਾ ਮੋਟਾ ਨੂੰ ਸਟੱਡੀ ਕਰਦੇ ਆ ਤਾਂ ਫਿਰ ਦੁਆਰਾ ਚੜ੍ਹਦੀ ਕਲਾ 'ਚ ਹੋ ਜਾਂਦੇ ਆ ਔਰ ਅੱਜ ਵੀ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਕੋਈ ਮੋੜ ਐਸਾ ਆਇਆ ਜਿੱਥੇ ਅਸੀਂ ਟਰਨ ਲੈਣਾ ਹੁੰਦਾ ਤਾਂ ਫਿਰ ਇਹ ਰਵਾਇਤਾ ਸਾਨੂੰ ਰਾਹ ਦਸਤੀਆਂ ਨੇ ਅੱਗੇ ਰੋਸ਼ਨੀ ਬਣ ਕੇ ਸੋ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਆ ਔਰ ਇਹ ਜੀਵਨ ਇਦਾਂ ਹੀ ਆ ਲੋਕਾਂ ਦੀ ਰਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਚ ਰਹਨੇ ਆ ਇਹ ਹੀ ਸਾਡੀ ਉਮੀਦ ਹੈ ਜਦੋਂ ਜਿੱਤ ਕੇ ਕਾਊਂਟਿੰਗ ਸੈਂਟਰ ਤੋਂ ਬਾਹਰ ਆਏ ਉਹ ਮੂਮੈਂਟ ਕਿਹੋ ਜਿਹੀ ਸੀ ਬਹੁਤ ਹੀ ਇੱਕ इमोशनल ਸਮਾਂ ਸੀਗਾ ਮੈਂ ਵੈਸੇ ਬਹੁਤ ਜਜ਼ਬਾਤੀ ਇਨਸਾਨ ਹਰ ਮਨੁੱਖ ਜਜ਼ਬਾਤੀ ਹੁੰਦਾ ਉਹ ਵੀ ਕਿਹਾ ਜਾਂਦਾ ਵੀ ਜਿਹੜਾ ਬੰਦਾ ਜਜ਼ਬਾਤੀ ਨਹੀਂ ਹੁੰਦਾ ਉਹ ਜਾਂ ਪਸ਼ੂ ਹੁੰਦਾ ਜਾਂ ਪੱਥਰ ਹੁੰਦਾ ਅਸੀਂ ਮਨੋਖਾਂ ਹਰ ਉਸ ਮੌਸਮ ਨੂੰ আর ਉਸ ਘੜੀ ਨੂੰ ਜਿਹੜੀ ਬੜੀ ਸਾਡੇ ਲਈ ਖੁਸ਼ੀ ਵਾਲੀ ਹੁੰਦੀ ਆ ਉਹਨੂੰ ਉਦਾਂ ਇੰਜੋਏ ਕਰਦੇ ਆ ਔਰ ਮੈਂ ਲਾਜ਼ਮੀ ਤੌਰ ਤੇ ਜਦੋਂ ਅਸੀਂ ਜਿੱਤ ਕੇ ਨਿਕਲੇ ਆ ਤਾਂ ਮੈਂ ਉਸੇ ਕਾਊਂਟਿੰਗ ਹਾਲ ਚੋਂ ਦੋ ਵਾਰੀ ਡਿਫੀਟ ਹੋ ਕੇ ਘਰ ਆਇਆ ਸੋ ਯਾਰਕਾਂ ਤੀਜੀ ਵਾਰ ਮਤਲਬ ਉਥੋਂ ਜਦੋਂ ਮੈਂ ਜਿੱਤ ਕੇ ਵਾਪਸ ਆਇਆ ਦਾ ਇੱਕ ਬਹੁਤ ਹੀ ਵੱਡਾ ਉਲਾਸ ਜਿਹੜਾ ਜ ਆ ਲੋਕਾਂ ਦਾ ਮੈਂ ਦੇਖਿਆ ਸੀਗਾ ਬਾਹਰ ਐਡਾ ਵੱਡਾ ਜਿਵੇਂ ਲੋਕਾਂ ਨੇ ਕਿਤੇ ਦੀਵਾਲੀ ਨੂੰ ਦੀਵੇ ਬਾਲਨੇ ਹੁੰਦੇ ਘਰਾਂ 'ਚ ਸਾਡੇ ਇਲਾਕੇ ਦੇ ਅੰਦਰ ਇਦਾਂ ਦਾ ਉਸ ਵੇਲੇ ਲੋਕਾਂ ਨੇ ਚਾਹ ਬਣਾਇਆ ਖਾਸ ਕਰਕੇ ਉਹਦੇ ਪਿੱਛੇ ਦੋ ਰੀਜ਼ਨ ਨੇ ਇੱਕ ਤੇ ਮੇਰੇ ਇਲਾਕੇ ਨੂੰ ਮਾਈਨਿੰਗ ਨੇ ਬਹੁਤ ਬੁਰੀ ਤਰ੍ਹਾਂ ਜਿਹਦਾ ਨਾਗਵਾਲ ਪਾਇਆ ਹੁੰਦਾ ਜੀ ਚੁੱਕਿਓ ਹੀ ਘਿਰਿਆ ਮੇਰਾ ਹਲਕਾ ਵਿਦਾਨ ਸਭਾ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਨੇ ਲੋਕਾਂ 'ਚ ਬਹੁਤ ਵੱਡੀ ਨਰਾਸ਼ਤਾ ਸੀਗੀ ਤੇ ਲੋਕ ਇਹ ਸਮਝਦੇ ਸਨ ਵੀ ਇਹ ਇਹ 나ਗਵਲ ਟੁੱਟੇਗਾ ਵੀ ਕਿ ਨਹੀਂ ਸੋ ਲੋਕਾਂ ਨੇ ਤੋੜਿਆ ਔਰ ਉਸ ਦਿਨ ਤਾਂ ਮੈਂ ਕਹਿ ਸਕਦਾ ਵੀ ਜਿੱਦਾਂ ਮਤਲਬ ਲੋਕਾਂ ਦੇ ਘਰਾਂ 'ਚ ਦੀਵੇ ਵਾਲੇ ਹੋਣਗੇ ਹਰ ਫੈਕਲਟੀ ਹਰ ਮਲਾਜ਼ਮ ਪੜਿਆ ਲਿਖਿਆ ਬੇਰਜ਼ਗਾਰ ਮਹਿਲਾ ਪੁਰਸ਼ ਨੌਜਵਾਨ ਸਭੇ ਲੋਕਾਂ ਨੇ ਦਿਨ ਬਹੁਤ ਚਾਹ ਮਨਾਇਆ ਔਰ ਮੈਂ ਵੀ ਉਸ ਚਾਹ ਦਾ ਹਿੱਸਾ ਸੀਗਾ ਸੋ ਸਾਨੂੰ ਇੱਕੋ ਖੁਸ਼ੀ ਦਾ ਮੌਕਾ ਸੀਗਾ ਜਿਹੜਾ زندگی دے اندر نصیب ہویا تاں اس لہجے نال میں بھی اونوں اں زوائی بھی کیتا اس تے ਵਿਧਾਨ ਸਭਾ ਦੇ ਵਿੱਚ ਜਦੋਂ ਪਹੁੰਚੇ ادੋਂ ਸਾਰੇ ਨਵੇਂ ਚਿਹਰੇ ਸੀ तकरीबन ਤੇ ਕਿਵੇਂ ਉਹੋ ਜਿਹੇ ਮੂਮੈਂਟਸ ਰਹੀਆਂ ਇੱਕ ਦੂਜੇ ਨਾਲ ਜਾਣ ਪਛਾਣ ਕਿਵੇਂ ਹੋਈ ਕੋਈ ਅਜਿਹੀ ਵਿਧਾਨ ਸਭਾ ਦੀ ਖਾਸ ਮੂਮੈਂਟ ਜਿਹੜੀ ਯਾਦਗਾਰ ਬਣੀ ਹੋਵੇ ਵਿਧਾਨ ਸਭਾ ਦੀ ਯਾਦਗਾਰ ਤਾਂ ਪਹਿਲੀ ਗੱਲ ਇਹ ਆ ਵੀ ਵਿਧਾਨ ਸਭਾ 'ਚ ਪਹੁੰਚਣਾ ਜਿਹਨਾਂ ਨੂੰ ਅਸੀਂ ਦੂਰੋਂ ਦੇਖਦੇ ਸਾਂ ਸੁਣਦੇ ਹਾਂ ਵੀ ਆ ਵਿਧਾਨ ਸਭਾ ਹੁੰਦੀ ਐ ਇੱਥੇ ਐਮਐਲ ਜਾ ਕੇ ਬਹਿੰਦੇ ਨੇ ਇਥੇ ਅ ਇਹਦਾ ਕਾਰਵਾਈਆਂ ਚੱਲਦੀਆਂ ਨੇ ਸੋ ਉਹ ਇਸ ਸਮਾ ਸੀਗਾ ਜਦੋਂ ਮੈਂ ਉਹ ਸਾਰੀ ਮੂਮੜ ਦੇ ਵਿੱਚ ਇਨਵਾਲਵ ਸੀਗਾ ਇੱਕ ਮੈਂਬਰ ਬਣ ਕੇ ਵਿਧਾਨ ਸਭਾ ਜਾਣਾ ਸੋ ਚੁੱਕੀ ਜਾਂ ਫਿਰ ਉਹਦੀ ਸਮੁੱਚੀ ਕਾਰਵਾਈ ਨੂੰ ਦੇਖਣਾ ਥੋੜੇ ਦਿਨਾਂ ਬਾਅਦ ਮੈਂ ਕੈਬਨਟ ਚ ਆ ਗਿਆ ਤਾਂ ਇੱਕ ਬੜਾ ਮਤਲਬ ਕਿਆ ਸਕਦੇ ਆ ਵੀ ਖੁਸ਼ੀ ਵਾਲਾ ਤਾਂ ਸੀਗਾ ਹੀ ਸੀਗਾ ਇੱਕ ਨਵਾਂ ਅਨੁਭਵ ਸੀਗਾ ਔਰ ਭਾਰਤੀ ਲੋਕਤੰਤਰ ਦੀ ਇਹ ਹੀ ਇੱਕ ਖਾਸੀਅਤ ਹੈ ਜਿਹੜੀ ਮੈਂ ਆਪਣੇ ਜੀਵਨ ਚ ਢਲਦਿਆਂ ਦੇਖੀ ਵੀ ਇੱਥੇ ਕੋਈ ਵੀ ਬੰਦਾ ਚੁਣ ਕੇ ਆ ਸਕਦਾ ਹੈ ਇਹ ਭਾਰਤੀ ਸੰਵਿਧਾਨ ਦੀ ਭਾਰਤੀ ਲੋਕਤੰਤਰ ਦੀ ਨ ਸਭਾ ਵੀ ਇੱਕ ਬਹੁਤ ਵੱਡੀ ਬਰਕਤ ਆ ਵੀ ਸਾਡੇ ਵਰਗੇ ਉਹ ਪਰਿਵਾਰਾਂ ਦੇ ਲੋਕ ਜਿਹੜੇ ਕਦੀ ਜ਼ਿੰਦਗੀ ਦੇ ਅੰਦਰ ਸੋਚ ਵੀ ਨਹੀਂ ਸਕਦੇ ਏਡੀ ਮਹਿੰਗੀ ਇਲੈਕਸ਼ਨ ਕੰਪੇਨ ਦੇ ਅੰਦਰ ਜਦੋਂ ਕਰੋੜਾ ਰੁਪਏ ਪਹਿਲੇ ਤਾਂ ਟਿਕਟਾਂ ਲਈ ਦਿਓ ਫਿਰ ਕੰਪੇਨ ਚਲਾਉਣ ਲਈ ਕਰੋੜਾਂ ਰੁਪਏ ਖਰਚੇ ਖਰਚੇ ਜਾਣ ਅਸੀਂ ਤਾਂ ਲੱਖਾਂ ਦੇ ਵਿੱਚ ਵੀ ਨਹੀਂ ਅਸੀਂ ਤੇ ਹਜ਼ਾਰਾਂ ਚ ਫਿਰਨ ਵਾਲੇ ਲੋਕ ਆ ਔਰ ਮੇਰੀ ਲੜਾਈ ਵੀ ਲੋਕਾਂ ਨੇ ਇੱਥੇ ਲੜੀ ਤੇ ਉਹ ਚ ਲੜਾਈ ਦੇ ਸਿੱਟਾ ਜਦੋਂ ਮੈਂ ਵਿਧਾਨ ਸਭਾ ਚ ਗਿਆ ਤੇ ਮੈਂ ਸਮਝਦਾ ਵੀ ਮੈਂ ਉਹਨਾਂ ਲੋਕਾਂ ਦੇ ਦਰਸ਼ਨ ਕੀਤੇ ਖਾਸ ਕਰਕੇ ਜਿਹੜਾ ਦੋ ਚਿਹਰੇ ਸਾਡੇ ਜਿੱਤ ਕੇ ਆਇਆ ਪੰਜਾਬ ਚੋਂ ਲਾਵ ਸਿੰਘ ਨੌਜਵਾਨ ਜਿਹੜਾ ਮੁੱਖ ਮੰਤਰੀ ਚੰਨੀ ਨੂੰ ਹਰਾ ਕੇ ਆਇਆ ਜਦੀ ਮਾਂ ਅਜੇਬ ਸਕੂਲ ਦੇ ਅੰਦਰ ਬੁੱਕਰ ਲਾਂਦੀ ਹੈ ਔਰ ਇੱਕ ਆਮ ਕੁੜੀ ਜੀਵਨਜੀਤ ਕੋਰ ਡਾਕਟਰ ਅੰਮ੍ਰਿਤਸਰ ਤੋਂ ਜਿਹਨੇ ਉਹ ਦੋ ਬੰਦੇ ਹਰਾਏ ਆ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਚਾਉਂਦੇ ਸੀਗੇ ਜਿਹੜੇ ਸਮਝਦੇ ਸੀ ਵੀ ਪੰਜਾਬ ਸਾਡੇ ਸਾਰਿਆਂ ਦਾ ਨਚਦਾ ਇਹ ਇਹ ਉਹਨਾਂ ਲੋਕਾਂ ਨੂੰ ਦੇਖ ਕੇ ਜਦੋਂ ਵਿਧਾਨ ਸਭਾ ਦੇ ਅੰਦਰ ਮੈਂ ਤਾਂ ਮੈਨੂੰ ਇੰਜ ਲੱਗਿਆ ਵੀ ਯਾਰ ਕਾ ਬਹੁਤ ਹੀ ਸ਼ਾਨਦਾਰ ਸਿਟਰੀ ਵਿਧਾਨ ਸਭਾ ਦੀ ਉਹਨਾਂ ਲੋਕਾਂ ਦੀ ਆਈ ਹੈ ਜਿਹੜੇ ਲੋਕ ਪੈਸੇ ਵਜੋਂ ਡਾਕਟਰ ਨੇ ਵਕੀਲ ਨੇ ਕਿਸਾਨ ਨੇ ਮਜ਼ਦੂਰ ਨੇ ਦੁਕਾਨਦਾਰ ਨੇ ਮਲਟੀ ਕਲਰ ਦੇ ਲੋਕ ਜਿਹੜੇ ਕਲਾਕਾਰ ਜਿਹੜੇ ਆ ਉਹ ਵੀ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਚ ਆਏ ਇਹ ਖੂਬਸੂਰਤੀ ਆ ਭਾਰਤੀ ਲੋਕਤੰਤਰ ਦੀ ਜਿਹਦਾ ਰਿਫਲੈਕਸ਼ਨ ਅਸੀਂ ਪੰਜਾਬ 'ਚ ਦੇਖਿਆ ਕਿਵੇਂ ਲੱਗ ਰਿਹਾ ਜੀ ਜਦੋਂ ਮਿਨਿਸਟਰੀ ਅਨਾਉਂਸ ਹੋਈ ਜਦੋਂ ਮਿਨਿਸਟਰੀ ਦੇ ਵਿੱਚ ਨਾਮ ਆਇਆ ਉਹ ਮੂਮੈਂਟ ਕਿਹੋ ਜੀ ਕੀ ਕੋਈ ਪਹਿਲੇ ਕਮਿਟਮੈਂਟ ਸੀਗੀ ਕਿ ਚੇਤੇ ਸੇਤੇ ਸਿਗਾ ਵੀ ਮਿਨਿਸਟਰੀ ਮਿਲੇਗੀ ਕਿ ਕਿਵੇਂ ਉਹ ਮੂਮੈਂਟ ਕਿਹੋ ਜੀ ਸੀ ਨਹੀਂ ਇਹ ਦੋਵੇਂ ਗੱਲਾਂ ਮੇਰੇ ਲਈ ਬੜੀਆਂ ਅਜੁੱਤ ਜੇਤ ਹੋਈਆਂ ਜਦੋਂ ਟਿਕਟ ਦਾ ਐਲਾਨ ਕੀਤਾ ਮੈਂ ਉਦੋਂ ਪਿੰਡਾਂ ਚ ਮੂਵਮੈਂਟ ਕਰ ਰਿਹਾ ਸੀਗਾ ਤੇ ਮੈਨੂੰ ਫੋਨ ਆਇਆ ਵੀ ਤੁਹਾਡੀ ਟਿਕਟ ਅਨਾਉਂਸ ਹੋ ਗਈ ਹੈ ਮੇਰੇ ਖਿਆਲ ਅਭੀ ਮੈਂ ਉਸ ਵੇਲੇ ਵੀ ਯਕੀਨ ਨਾ ਆਵੇ ਜਦਾਂ ਫਿਰ ਜਦੋਂ ਐਕਚੁਅਲੀ ਮੇਰੇ ਐਲਾਨ ਹੋ ਗਿਆ ਸੀਗਾ ਤਾਂ ਮੈਨੂੰ ਇੰਜ ਲੱਗਿਆ ਵੀ ਬੜੀ ਰੀਅਲ ਪਾਰਟੀ ਨੇ ਜਿਹੜੀ ਅਪਰੋਚ ਕੀਤੀ ਹੈ ਮੇਰੇ ਵਰਗੇ ਬੰਦੇ ਨੂੰ ਹੋਰ ਵੀ ਸੀਗੇ ਕੋਈ ਇਸ ਹਲਕੇ ਚ ਹੋਰ ਕੋਈ ਡਿਮਾਂਡ ਕਰ ਰਹੇ ਸੀਗੇ ਸਾਥੀ ਠੀਕ ਹੈ ਲੇਕਿਨ ਪਾਰਟੀ ਨੇ ਮੈਨੂੰ ਅਨਾਉਂਸ ਕੀਤਾ ਸਾਰੇ ਸਾਥੀਆਂ ਨੇ ਸਾਥ ਦਿੱਤਾ ਪ੍ਰੋਪਰ ਇਲੈਕਸ਼ਨਸ ਦੇ ਵਿੱਚ ਆਲਮੋਸਟ ਕੀਡਰ ਸਾਰਾ ਹੀ ਨਾਲ ਰਿਹਾ ਮੇਰਾ ਹਲਕੇ ਦੇ ਅੰਦਰ ਕੋਈ ਇੱਕ ਦੋ ਬੰਦਿਆਂ ਨੂੰ ਛੱਡ ਕੇ ਸੋ ਜੇਸਨ ਕੈਬਨਟ ਦਾ ਮਤਲਬ ਮੈਂ ਤਾਂ ਤੁਹਾਡੇ ਚੈਨਲ ਨੂੰ ਲੱਖਾਂ ਲੋਕ ਸੁਣਦੇ ਹੋਣਗੇ ਮੈਂ ਉਸ ਸੀਨ ਦੱਸ ਰਿਹਾ ਤਾਂ ਮੈਂ ਉਸ ਵੇਲੇ ਕਪੜੇ ਧੋ ਰਿਹਾ ਸੀਗਾ ਆਪਣੇ ਅੰਦਰ ਬਾਥਰੂਮ 'ਚ ਮੇਰੇ ਕੋ ਦੋ ਹੀ ਸੂਟ ਸੀਗੇ ਮੈਂ ਘਰੋਂ ਲੈ ਕੇ ਗਿਆ ਇੱਕ ਪਾ ਕੇ ਗਿਆ ਲੈ ਕੇ ਤੇ ਇੱਕ ਮੇਰੇ ਕੋਲ ਸੀਗਾ ਬੈਗ 'ਚ ਤੇ ਬਾਹਰੋਂ ਉਸ ਵੇਲੇ ਅਨਾਉਂਸਮੈਂਟ ਹੋ ਗਈ ਸੀਗੀ ਵੀ ਮਾਨਜੋਗ ਮੁੱਖ ਮੰਤਰੀ ਭਗਨ ਸਿੰਘ ਮਾਨ ਜੀ ਦੇ ਆਹ 10 ਕੈਬਨਿਟ ਦੇ ਚਿਹਰੇ ਹੋਣਗੇ ਤਾਂ ਮੀਡੀਆ ਵਾਲੇ ਮੇਰੇ ਬਾਹਰ ਖੜੇ ਸੀਗੇ ਉਦੋਂ ਚੰਡੀਗੜ੍ਹ ਮੇਥੇ ਰਹਿ ਰਿਹਾ ਸੀਗਾ ਤਾਂ ਉਹ ਉਹਨਾਂ ਨੇ ਮੈਨੂੰ ਆ ਕੇ ਦੱਸਿਆ ਵੀ ਤੁਸੀਂ ਕੈਬਨਿਟ ਚ ਆ ਰਹੇ ਹੋ ਤਾਂ ਮੈਂ ਉਦੋਂ ਸੀਗਾ ਵੀ ਤੋਲੀਅਤ ਵਾਲੀ ਬੰਨਾ ਹੈ ਆਪਣੇ ਵਾਲ ਦੋਲੇ ਇਦਾਂ ਯਾਨੀ ਮੇਰੇ ਲਈ ਕਲਪਨਾਵਾਂ ਤੋਂ ਪਰੇ ਸੀਗਾ ਸਾਰਾ ਸੀਨ ਮੈਂ ਵਿਧਾਇਕ ਬਣ ਗਿਆ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਮੇਨੂੰ ਪਾਰਟੀ ਨੇ ਕੈਬਨਿਟ ਦਾ ਦਰਜਾ ਦਿੱਤਾ ਇਹ ਮੇਰੀਆਂ ਕਲਪਨਾਵਾਂ ਤੋਂ ਪਰੇ ਆ ਮੇਰੇ ਮੇਰੀ ਖਵਾਇਸ਼ਾਂ ਤੋਂ ਪਰੇ ਆ ਔਰ ਮੈਂ ਇਹਦੇ ਲਈ ਮਾਣਜੋਗ ਅਰਵਿੰਦ ਕੇਧਰੀਵਾਲ ਜੀ ਦਾ ਜਿਹੜੇ ਸਾਡੇ ਮਹਿਬੂਬ ਆਗੂ ਨੇ ਉਹਨਾਂ ਦਾ ਵੀ ਔਰ ਵਿਸ਼ੇਸ਼ ਤੌਰ ਤੇ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦਾ ਵੀ ਅੱਜ ਵੀ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਪੰਜਾਬ ਦੇ ਉਹਨਾਂ ਲੋਕਾਂ ਦਾ ਵੀ ਜਿਨ੍ਹਾਂ ਨੇ ਸਾਨੂੰ ਜਿਤਾ ਕੇ ਸੰਭਲੀ ਸੰਭਲੀਆਂਸ ਭੇਜਿਆ ਸੋ ਇੱਕ ਇਹੇ ਗੱਲ ਸਾਬਤ ਹੋ ਗਈ ਆ ਅੱਜ 50 55 ਦਿਨ ਹੋ ਗਿਆ ਸਰਕਾਰ ਨੂੰ ਚਲਦੇ ਆ ਤਾਂ ਮੈਂ ਜਨਰਲ ਲੋਕਾਂ ਨੂੰ ਕਹਿਣਾ ਚਾਹਨਾ ਵੀ ਸਰਕਾਰ ਚਲਾਣਾ ਕੋਈ ਅਲਜਬਰਾ ਨਹੀਂ ਹੈਗਾ ਜਿਹੜਾ ਸਿੱਖਣਾ ਬਹੁਤ ਔਖਾ ਸਰਕਾਰਾਂ ਚਲਾਈਆਂ ਜਾ ਸਕਦੀਆਂ ਆ ਔਰ ਦੋ ਗੱਲਾਂ ਜੇ ਤੁਹਾਡੇ ਜੀਵਨ ਦੇ ਅੰਦਰ ਨੇ ਜੇ ਤੁਸੀਂ ਲੋਕਾਂ ਦੇ ਪ੍ਰਤੀ ਪੂਰੇ ਤਰ੍ਹਾਂ ਸਮਰਪਿਤ ਹੋ ਤੁਹਾਡੀ ਕਮਿਟਮੈਂਟ ਲੋਕਾਂ ਦੇ ਨਾਲ ਆ ਤੇ ট্রান্সਪਰেন্সি ਜੇ ਤੁਹਾਡੇ ਪੱਲੇ ਆ ਤਾਂ ਤੁਸੀਂ ਅੰਮ੍ਰਿਤਾਰੇ ਵੀ ਤੋੜ ਸਕਦੇ ਹੋ ਮੈਂ ਤਾਂ ਇਹ ਮਤਲਬ ਸੰਖੇਪ ਚ ਕਹਿਣਾ ਚਾਹੁੰਦਾ ਜਿਹੜਾ ਤੁਹਾਡਾ ਪੋਰਟਫੋਲੀਓ ਮਿਲਿਆ ਫੂਡ ਐਂਡ ਸਪਲਾਈ ਐਂਡ ਫੋਰੈਸਟ ਐਂਡ ਵਾਈਲਡ ਲਾਈਫ ਪ੍ਰਿਜ਼ਰਵੇਟर्स ਆਪਣੇ ਕੈਬਨਿਟ ਦੇ ਵਿੱਚ ਆਪਣੀ ਮਿਨਿਸਟਰੀ ਦੇ ਵਿੱਚ ਤੁਸੀਂ ਆਪਣੇ ਮਹਿਕਮੇ ਦੇ ਵਿੱਚ ਕੁਝ ਐਹੋ ਜਿਹੇ ਮੇਜਰ ਚੇਂजेस ਕੋਈ ਪਲਾਨ ਕਰ ਰਹੇ ਹੋ ਵੀ ਜਿਹਦੇ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ ਜਿਹੜਾ ਤਾਂ ਮੇਰਾ ਫੂਡ ਸਪਲਾਈ ਡਿਪਾਰਟਮੈਂਟ ਹੈਗਾ ਇਹਦੇ ਅੰਦਰ ਅਸੀਂ ਇੱਕ ਤਾਂ ਥੋੜੇ ਦਿਨ ਪਹਿਲਾਂ ਮਾਨਜੋਗ ਮੁੱਖ ਮੰਤਰੀ ਜੀ ਨੇ ਐਲਾਨ ਕੀਤਾ ਸੀਗਾ ਵੀ ਅਸੀਂ ਅਨਾਜ ਜਿਹੜਾ ਹੈ ਲੋਕਾਂ ਦੇ ਘਰਾਂ 'ਚ ਡਿਲੀਵਰ ਕਰਾਂਗੇ ਜਾ ਕੇ ਆਮ ਤੌਰ ਤੇ ਜਿਹੜਾ ਨਾਜ ਲੋਕਾਂ ਨੂੰ ਡੀਪੂ ਤੋਂ ਮਿਲਦਾ ਇਹਦੇ ਬਹੁਤ ਕਲੇਸ਼ ਹੁੰਦੇ ਆ ਅਨਾਜ ਮਾੜਾ ਆਇਆ ਚੰਗਾ ਆਇਆ ਡੀਪੂ ਵਾਲਾ ਨਾ ਝਗੜੇ ਲੋਕ ਵੀ ਨਰਾਸ਼ ਹੁੰਦੇ ਆ ਖਾਸ ਕਰਕੇ ਗਰੀਬ ਬੰਦਾ ਜਦੋਂ ਡੀਪੂ ਤੇ ਜਾਂਦਾ ਫਰ ਕੀ ਵਾਰ ਉਹਨੂੰ ਦਿਹਾੜੀ ਤੋੜਨੇ ਪੈਂਦੀ ਆ 4-500 ਰੁਪਏ ਦੀ ਦਿਹਾੜੀ ਤੋੜਦਾ ਇਹਨਾਂ ਦਾ ਉਹਨੂੰ ਰਸਨ ਨਹੀਂ ਮਿਲਦਾ ਆ ਸੋ ਅ ਅਸੀਂ ਡਿਸੀਜਨ ਇਹ ਮਤਲਬ ਜਿਹੜਾ ਮਤਲਬ ਕੀਤਾ ਵਿਭਾਗ ਦੇ ਅੰਦਰ ਵੀ ਅਸੀਂ ਅਨਾਜ ਲੋਕਾਂ ਦੇ ਘਰ ਜਾ ਕੇ ਦੇ ਕੇ ਆਵਾਂਗੇ ਇੱਕ ਸਰਮਾਨਜਨ ਢੰਗ ਦੇ ਨਾਲ ਤਾਂ ਉਹਦੀ ਦਿਹਾੜੀ ਵੀ ਨਾ ਟੁੱਟੇ ਔਰ ਐਜਟ ਜੋ ਆ ਰਿਹਾ ਪਿੱਛੋਂ ਰਾਜ ਕੋਈ ਬੈਰੀਅਰ ਨਾ ਹੋਵੇ ਸਿੱਧਾ ਉਹਦੇ ਘਰ ਡਿਲੀਵਰੀ ਹੋਵੇ ਸੋ ਇਹ ਬਹੁਤ ਵੱਡਾ ਇੱਕ ਕਹਿ ਸਕਦਾ ਵੀ ਪੰਜਾਬ ਦੇ ਅੰਦਰ ਇਹ ਪਹਿਲੀ ਵਾਰ ਅਨਾਉਂਸਮੈਂਟ ਕੀ ਸਰਕਾਰ ਨੇ ਕੀਤੀ ਹੈ ਪੂਰਾ ਸੀ ਕਾਫੀ ਕੁਝ ਕਰਨਾ ਚਾਹੁੰਦੇ ਆ ਡਿਪਾਰਟਮੈਂਟ ਦੇ ਅੰਦਰ ਚੰਗੇ ਜਿਹੜੇ ਅਫੀਸਰ ਨੇ ਸਾਡੇ ਚੰਗੇ ਮੁਲਾਜ਼ਮ ਨੇ ਜਿਹੜੇ ਸਾਡੇ ਉਹਨਾਂ ਨੂੰ ਅਸੀਂ ਪ੍ਰੋਮੋਟ ਕਰਨਾ ਚਾਹੁੰਦੇ ਆ ਹੇਲ ਕਰਨਾ ਚਾਹੁੰਦੇ ਆ ਤਾਂ ਜੋ ਲੋਕਾਂ ਦੇ ਅੰਦਰ ਸੇਵਾ ਭਾਵਨਾ ਦੀ ਜਿਹੜੇ ਮਤਲਬ ਰੱਖਣ ਵਾਲੇ ਲੋਕ ਜਿਹੜੇ ਆ ਉਹ ਪ੍ਰੋਮੋਟ ਹੋਣ ਮਤਲਬ ਇਦਾਂ ਸੋ ਕਾਫੀ ਕੁਝ ਵਿਵਸਥਾ ਕਰਨ ਦੇ ਰੂਟ ਮੈਪ ਬਣ ਰਹੇ ਆ ਮਹਿਕਮੇ ਦੇ ਅੰਦਰ ਦੂਸਰਾ ਮਹਿਕਮਾ ਮੇਰੇ ਕੋਲ ਜੰਗਲਾਤ ਵਿਭਾਗ ਆ ਇਹ ਵੀ ਬਹੁਤ ਵੱਡਾ ਡਿਪਾਰਟਮੈਂਟ ਹੈਗਾ ਆ ਅਸੀਂ ਉਹਦੇ ਅੰਦਰ ਵੀ ਅ ਪਿਛਲੇ ਸਮੇਂ ਦੇ ਦੌਰਾਨ ਇੱਕ ਅਸੀਂ ਹੈਲਪਲਾਈਨ ਨੰਬਰ ਜਿਹੜਾ ਆ ਉਹ ਜਾਰੀ ਕੀਤਾ ਵੀ ਕੋਈ ਵੀ ਬੰਦਾ ਆਪਣੀ ਸ਼ਿਕਾਇਤ ਉੱਤੇ ਦੇ ਸਕਦਾ ਉਹ ਚੰਗੀ ਗੱਲ ਇਹ ਆ ਵੀ ਲਗਾਤਾਰ ਲੋਕਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਉਹਨੂੰ ਸਾਡੀ ਟੀਮਾਂ ਸੁਣਦੀਆਂ ਨੇ ਇੱਕ ਅਸੀਂ ਡਰੋਨ ਲਾਂਚ ਕੀਤਾ ਜਿਹੜਾ ਜੰਗਲ ਦੇ ਅੰਦਰ ਕਿਤੇ ਮਾਈਨਿੰਗ ਹੋ ਰਹੀ ਹੈ ਜੰਗਲ ਦੇ ਆਸੇ ਪਾਸੇ ਅ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਕਿ ਸਾਨੂੰ ਉਹ ਤੋਂ ਪਤਾ ਲੱਗਦਾ ਜਦੋਂ ਅੱਧਾ ਜੰਗਲ ਸੜ ਜਾਂਦਾ ਹੈ ਸੋ ਇਸ ਤਰ੍ਹਾਂ ਪਸ਼ੂ ਕਈ ਵਾਰੀ ਪਿੜਦੇ ਆ ਇੰਜਰਡ ਹੋ ਜਾਂਦੇ ਆ ਤਾਂ ਉਹ ਵੀ ਕਨਸੀਡਰ ਹੋ ਜਾਣਗੇ ਉਹਨਾਂ ਦੀ ਕੋਈ ਮੱਲਮ ਵੜੀ ਕੀਤੀ ਜਾ ਸਕੀਗੀ ਮਤਲਬ ਆਪਣਾ ਮੈਂ ਜੰਗਲਾਤ ਮਹਿਕਮੇ ਦੇ ਅੰਦਰ ਜਿਹੜੇ ਸਾਡੇ ਗਾਰਡ ਗਾਰਡ ਨੇ ਰੇਂਜਰ ਨੇ ਉਹਨਾਂ ਨੂੰ ਵਰਦੀਆਂ ਪਹਿਨਨ ਦਾ ਸੀ ਹੁਕਮ ਕੀਤਾ ਵੀ ਵਰਦੀਆਂ ਪੈਨੋ ਲੋਕਾਂ ਚ ਵੱਖਰਾ ਤੁਹਾਡਾ ਇਦਾਂ ਬਣਿਆ ਸੋ ਪੰਜਾਬ ਦੇ ਅੰਦਰ ਜਿਹੜੇ 14 ਲੱਖ ਟਿਊਬਲ ਨੇ ਅਸੀਂ ਕਿਸਾਨਾਂ ਨੂੰ ਅਪੀਲ ਕੀਤੀ ਆ ਵੀ ਹਰ ਟਿਊਬਲ ਦੇ ਉੱਤੇ ਪੰਜਾਬ ਨੂੰ ਗ੍ਰੀਨਰੀ ਦਾ ਬਣਾਉਣ ਦੇ ਲਈ ਜਾਸ ਜਿਹੜੇ ਆ ਉਹ ਪੌਦੇ ਅਸੀਂ ਲਾਵਾਂਗੇ ਉਹਦਾ ਉਹਦੀ ਵਰਕਤਾਂ ਉਹੀ ਲੈਣਗੇ ਕਿਸਾਨ ਹੀ ਪਾਲਣਗੇ ਵੀ ਉਹੀ ਉਹਨੂੰ ਗਾਂ ਮਤਲਬ ਇਦਾਂ ਪਰ ਅਸੀਂ ਚਾਹੁੰਦੇ ਆ ਵੀ ਪੰਜਾਬ ਦੇ ਅੰਦਰ ਜਿਹੜੀ ਹਰਾਵਲ ਜਿਹੜੀ ਆ ਉਹ ਵਧੇ ਫੁੱਲੇ ਕਿਉਂਕਿ ਅ ਜੰਗਲ ਦਾ ਹਿੱਸਾ ਪੰਜਾਬ 'ਚ ਥੋੜਾ ਆ ਔਰ ਆਕਸੀਜਨ ਜਿਹੜੀ ਕੁਦਰਤੀ ਲੋਕਾਂ ਨੂੰ ਮਿਲੇ ਇਹਦੇ ਲਈ ਕਾਫੀ ਵੱਡੇ ਅਸੀਂ ਪਲਾਨ ਕਰ ਰਹੇ ਆਂ ਫਗਵਾੜੇ ਤੋਂ ਲੈ ਕੇ ਚੰਡੀਗੜ੍ਹ ਤੱਕ ਦਾ ਜਿਹੜਾ ਰੋਡ ਹੈ ਉਹਦੇ ਦੋਵੇਂ ਪਾਸੇ ਅਸੀਂ ਮਤਲਬ ਜਿਹੜੇ ਆ ਡਿਜ਼ਾਈਨ ਕਰਕੇ ਬੂਟੇ ਲਾ ਰਹੇ ਆ ਪੰਜ ਚਾਰ ਸਾਲਾਂ ਦੇ ਅੰਦਰ ਇੱਕ ਚੰਗਾ ਤੁਹਾਨੂੰ ਦੇਖਣ ਨੂੰ ਮਿਲੇਗਾ ਇੱਕ ਨਵੀਂ ਕਿਸਮ ਦਾ ਮਸੱਜਮਾ ਸੀ ਪੇਸ਼ ਕਰਾਂਗੇ ਫੋਰੈਸਟ ਡਿਪਾਰਟਮੈਂਟ ਵੱਲੋਂ ਤੇ ਇਦਾਂ ਲਗਾਤਾਰ ਚੱਲ ਰਿਹਾ ਦੋਹਾਂ ਵਿਭਾਗਾਂ ਦੇ ਅੰਦਰ ਵਾਈਲਡ ਲਾਈਫ ਵੀ ਮੇਰੇ ਨਾਲ ਹੀ ਇਹਦੇ ਉਹਦੇ ਉੱਤੇ ਵੀ ਅਸੀਂ ਕਾਫੀ ਅੱਛੇ ਪ੍ਰੋਜੈਕਟ ਜਿਹੜੇ ਸ਼ੁਰੂ ਕਰਨ ਵਾਲੇ ਪਾਸੇ ਜਾ ਰਹੇ ਆ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਅੰਦਰ ਅਸੀਂ ਇੱਕ ਜਿਹੜਾ ਪਾਰਕ ਹੈ ਆਪਣਾ ਜੰਗਲਾਤ ਵਿਭਾਗ ਵੱਲੋਂ ਉਹ ਸਾਰ ਕੇ ਦੇ ਰਹੇ ਆ ਚੰਗਾ ਪਾਰਕ ਹੋਏਗਾ ਜਿੱਥੇ ਚੰਗੇ ਬੂਟੇ ਵੀ ਲੱਗਣਗੇ ਉਹਦੇ ਟਰੈਕ ਵੀ ਬਣਨਗੇ ਤਾਂ ਓਪਨ ਜਿੰਮਾ ਦਾ ਵੀ ਉਹਦੇ ਅੰਦਰ ਇੱਕ ਵਿਵਸਾ ਹੈ ਹਰ ਵਿਧਾਨ ਸਭਾ ਹਰ ਵਿਧਾਨ ਸਭਾ ਦੇ ਅੰਦਰ ਤਾਂ ਜੋ ਲੋਕਾਂ ਨੂੰ ਸੈਰ ਸਪਟੇ ਲਈ ਕੁਝ ਕੇਂਦਰ ਮਿਲ ਸਕਣ ਸੋ ਕਾਫੀ ਅੱچھے ਰੂਟ ਮੈਪ ਦੋਹਾ ਵਿਭਾਗ ਦੇ ਅੰਦਰ ਅਸੀਂ ਬਣਾਏ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਉਹਦਾ ਰਿਫਲੈਕਸ਼ਨ ਵੀ ਦੇਖਣ ਨੂੰ ਮਿਲੇਗਾ ਇਹ ਸਾਡੇ ਯਤਨ ਨੇ ਹਲਕੇ ਨੂੰ ਲੈ ਕੇ ਕੋਈ ਵਿਸ਼ੇਸ਼ ਵਿਜਨ ਦੀ ਕਿਉਂਕਿ ਜਿਵੇਂ ਹਲਕੇ ਦੇ ਵਿੱਚ ਇਲੀਗਲ ਮਾਈਨਿੰਗ ਵਿਸ਼ੇਸ਼ ਤੌਰ ਦੇ ਉੱਤੇ ਪੋਆ ਹਲਕੇ ਦੇ ਵਿੱਚ ਪੂਰੇ ਪੰਜਾਬ ਦੀਆਂ ਅੱਖਾਂ ਲਗਭਗ ਇਹ ਹਲਕੇ ਨੂੰ ਰਹਿੰਦੀਆਂ ਨੇ ਇਲੀਗਲ ਮਾਈਨਿੰਗ ਬਹੁਤ ਹੈ ਤੇ ਦੂਜਾ ਜਿਹੜਾ ਤੁਹਾਨੂੰ ਵਿਭਾਗਾਂ ਮਿਲਿਆ ਉਹ ਲਗਭਗ ਪਠਾਨਕੋਟ ਜ਼ਿਲ੍ਹੇ ਦੀ ਕਾਫੀ ਹੈ ਸੈਂਚੁਰੀਜ਼ ਵੀ ਕਾਫੀ ਆ ਰਹੀਆਂ ਨੇ ਕੋਈ ਵਿਸ਼ੇਸ਼ ਵਿਜਨ ਹਲਕੇ ਨੂੰ ਲੈ ਕੇ ਇਸ ਤੋਂ ਇਲਾਵਾ ਵੀ ਜਿਹੜਾ ਤੁਸੀਂ ਚੈਨਲ ਤੇ ਸਾਂਝਾ ਸਾਂਝਾ ਕਰਨਾ ਚਾਹੁੰਦੇ ਹੋ ਹਾਂ ਇੱਕ ਤੇ ਮੇਰਾ ਹਲਕਾ ਕਿਉਂਕਿ ਬਹੁਤ ਵੱਡੀ ਤਦਾਦ ਚ ਪਾਕਿਸਤਾਨ ਦੇ ਬਾਰਡਰ ਨਾਲ ਲੱਗਦਾ ਔਰ ਜੰਮੂ ਕਸ਼ਮੀਰ ਦੇ ਬਾਰਡਰ ਨਾਲ ਲੱਗਦਾ ਪਠਾਨਕੋਟ ਡਿਸਟ੍ਰਿਕਟ ਦੀਆਂ ਦੋ ਨਵੇਕਲੀਆਂ ਮਤਲਬ ਹੈਗੀਆਂ ਨੇ ਸਥਿਤੀਆਂ ਇਹ ਸੈਂਸਿਟਿਵ ਏਰੀਆ ਜੀ ਦੋ ਇੱਕ ਪਾਕਿਸਤਾਨ ਦੇ ਬਾਰਡਰ ਕਰਕੇ ਜੰਮੂ ਕਸ਼ਮੀਰ ਦੇ ਬਾਰਡਰ ਕਰਕੇ ਦੂਸਰਾ ਬਾਰਡਰ ਦੇ ਉੱਤੇ ਬਹੁਤ ਵੱਡੀ ਤਦਾਦ ਦੇ ਅੰਦਰ ਜਿਹੜਾ ਲੋਕਾਂ ਦਾ ਜੀਵਨ ਆ ਉਹ ਕੰਪੈਰੀਟਿਵਲੀ ਬਾਕੀ ਲੋਕਾਂ ਨਾਲੋਂ ਥੋੜਾ ਜਿਆ ਔਖਾ ਆ ਜੀ ਕਿਸਾਨਾਂ ਦੀ ਉੱਥੇ ਮੂਵਮੈਂਟ ਕਰਨੀ ਥੋੜੀ ਜਿਹੀ ਔਖੀ ਹੈ ਬਾਰਡਰ ਦੇ ਉੱਤੇ ਬੀਐਸਐਫ ਰੋਕਦੀ ਹੈ ਹੈਲਥ ਦਾ ਸਟਰਕਚਰ ਤਾਂ ਜਮੀਨੀ ਕਿਤੇ ਮਿਲਦਾ ਸਾਨੂੰ এডੂਕੇਸ਼ਨ ਦਾ ਇਦਾਂ ਤੇ ਤੀਸਰਾ ਜਿਹੜਾ ਮਾਈਨਿੰਗ ਦਾ ਮਾਈਨਿੰਗ ਨੇ ਬਹੁਤ ਵੱਡੀ ਤਵਾਈ ਕੀਤੀ ਹੈ ਸਾਡੇ ਇਲਾਕੇ ਦੀ ਧਰਤੀ ਹੇਠਲਾ ਪਾਣੀ ਤੁਸੀਂ ਸੋਚ ਸਕਦੇ ਹੋ ਵੀ ਰਾਵੀ ਦੇ ਕੰਡੇ ਬਸਣ ਵਾਲੇ ਲੋਕ ਵੀ ਅੱਜ ਪਾਣੀ ਨੂੰ ਤਰਸ ਰਹੇ ਆ ਰਾਵੀ ਸਾਡੇ ਸੱਭਿਆਚਾਰ ਦਾ ਬਹੁਤ ਵੱਡਾ ਪ੍ਰਤੀਕ ਹੈ ਜਿਸ ਰਾਵੀ ਦੇ ਆ ਲਾਗੇ ਖੜ ਕੇ ਸ਼ਿਵ ਕੁਮਾਰ ਬਟਾਲਵੀ ਨੇ ਬਹੁਤ ਵੱਡੀਆਂ ਰਚਨਾਵਾਂ ਲਿਖੀਆਂ ਨੇ ਆ ਜੋ ਸਰਾਵੀ ਦਾ ਸੀਨਾ ਪੂਰੀ ਤਰ੍ਹਾਂ ਬਲੁੰਦਰ ਦਿੱਤਾ ਗਿਆ ਹੈ 100 ਸੌ ਫੁੱਟ ਦੇ ਡੂੰਗੇ ਟੋਏ ਪਏ ਹੈ ਔਰ ਪਿਛਲੀ ਸਰਕਾਰ ਨੇ ਜਿਹਨੇ ਤਬਾਈ ਕੀਤੀ ਹੈ ਖਾਸ ਕਰਕੇ ਉਹ ਤਬਾਈ ਦੀ ਪ੍ਰਵਾਈ ਲਈ ਤਾਂ ਪਤਾ ਨਹੀਂ ਕਿੰਨੇ ਸਾਲ ਲੱਗਣਗੇ ਬਰੇ ਲੱਗਣਗੇ ਮੇਰਾ ਪਹਿਲਾ ਯਤਨ ਇਹ ਆ ਵੀ ਮਾਈਨਿੰਗ ਜਿਹੜੀ ਆ ਉਹ ਐਸ ਪਰ ਲਾ ਹੋਵੇ ਜੋ ਲਾ ਬਣੇ ਮਾਈਨਿੰਗ ਲਈ ਉਹਦੇ ਆਧਾਰ ਤੇ ਮਾਈਨਿੰਗ ਹੋਵੇ ਤੀਸਰਾ ਜਿਹੜੀ ਟਰਾਂਸਪੋਰਟੇਸ਼ਨ ਆ ਮਾਈਨਿੰਗ ਦੀ ਉਹ ਦਿਨੇ ਨਾ ਚੱਲੇ ਲੋਕਾਂ ਦੀ ਜ਼ਿੰਦਗੀ ਜਿਹੜਾ ਖੱਲੜ ਪਿਆ ਹੋਇਆ ਉਹ ਰਾਤ ਉਹਨਾਂ ਨੂੰ ਅਸੀਂ ਟਾਈਮ ਦਿੱਤਾ 8 ਤੋਂ 6 ਵਜੇ ਤੱਕ ਉਹਦੇ ਚੋਂ ਆਪਣੇ ਟਰਾਲੇ ਚ ਲਾਉਣ ਸੋ ਮੇਰੇ ਇਲਾਕੇ ਦੇ ਅੰਦਰ ਗੰਨਾ ਵੀ ਬਹੁਤ ਵੱਡੀ ਤਦਾਦ ਚ ਕਿਸਾਨ ਵੀਜਦੇ ਆ ਸੋ ਸਾਨੂੰ ਖੁਸ਼ੀ ਆ ਕਿ ਅਸੀਂ ਆਪਣੇ ਆੜ ਦੇ ਅੰਦਰ ਉਸ ਮਿਲ ਨੂੰ 슈ਗਰ ਮਿਲ ਨੂੰ ਅਪਡੇਟ ਕੀਤਾ ਜੇਦੀ ਕਪੈਸਿਟੀ ਪਹਿਲਾਂ 2.5 ਹਜ਼ਾਰ ਸੀਗੀ ਹੁਣ ਉਹ 5.5 ਹਜ਼ਾਰ ਹੋਰ ਨਾਲ ਜੋੜ ਦਿੱਤੀ ਯਾਨੀ ਕਿ 7.5 ਹਜ਼ਾਰ ਜਿਹੜੀ ਉਹ ਗੰਨੇ ਦੀ ਮੀਟਰ ਟਨ ਦੀ ਜਿਹੜੀ ਆ ਉਹ ਪਸਾਈ ਹੋਣੀ ਆ ਤੇ ਗੰਨਾ ਕਿਸਾਨਾਂ ਨੂੰ ਬਹੁਤ ਵੱਡੀ ਮਤਲਬ ਰਾਹਤ ਹੈਗੀ ਆ ਸੋ ਆਨ ਵਾਲੇ ਦਿਨਾਂ ਚ ਮੇਰਾ ਜਿਹੜਾ ਹਲਕਾ ਆ ਇਹਦੇ ਨਾਲ ਨਾਲ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਟੂਰਿਜ਼ਮ ਲਈ ਬਹੁਤ ਵੱਡਾ ਸਪੇਸ ਹੈਗਾ ਆ ਖਾਸ ਕਰਕੇ ਜਿਹੜਾ ਸਾਡਾ ਫੰਗੋਤਾ ਧਾਰ ਦਾ ਏਰੀਆ ਆ ਇਹ ਗੇਟਵੇ ਹਿਮਾਚਲ ਜਿਹਨੂੰ ਆਪਾਂ ਕਹਿ ਸਕਦੇ ਆ ਇਹਦੇ ਉੱਤੇ ਕਾਫੀ ਵੱਡੇ ਪਲਾਨ ਸਾਡੇ ਮਨ 'ਚ ਹੈਗੇ ਆ ਉਹ ਅਸੀਂ ਅੱਜੇ ਟਨਲ ਰੋਡ ਦੇ ਤੇ ਵਰਕ ਕਰ ਰਹੇ ਆ ਅਸੀਂ ਚਾਹੁੰਦੇ ਆ ਵੀ ਥੀਨ ਡੈਮ ਨੂੰ ਫੰਗੋਤੇ ਨੂੰ ਸਾਡੇ ਪਠਾਨਕੋਟ ਦੀ ਜਿਹੜੀ ਸੁੰਦਰਤਾ ਹੈ ਇਹਨੂੰ ਦੇਖਣ ਲਈ ਲੋਕ ਇੱਥੇ ਆਣ ਇਹ ਇੱਕ ਹੱਬ ਦੇ ਤੌਰ ਤੇ ਵਿਕਸਿਤ ਕਰਨ ਦਾ ਸਾਡਾ ਇਰਾਦਾ ਹੈਗਾ ਔਰ ਜਿਹਦੇ ਨਾਲ ਜੇ ਟੂਰਿਜ਼ਮ ਵਿਕਸਿਤ ਹੁੰਦਾ ਤੇ ਪਠਾਨਕੋਟ ਦੀ ਜਿਹੜੀ ਹੋਟਲ ਇੰਡਸਟਰੀ ਉਹਨੂੰ ਵੀ ਇਹਦਾ ਇੱਕ ਬਹੁਤ ਵੱਡਾ ਲਾਭ ਮਿਲੇਗਾ ਇਹ ਤੋਂ ਤਾਂ ਲੋਕਾਂ ਦਾ ਕਾਰੋਬਾਰ ਵੀ ਵਿਕਸਤ ਹੋਣਗੇ ਸੋ ਇਹ ਕੁਝ ਜ਼ਰੂਰ ਮੈਂ ਸਾਡੇ ਹੈਗੇ ਆ ਓਵਰਹਾਲ ਪੰਜਾਬ ਦੇ ਅੰਦਰ ਜਿਹੜੀਆਂ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ ਚਾਹੇ ਉਹ ਬਿਜਲੀ ਦੀ ਗਰੰਟੀ ਹੈ ਜਿਹਨੂੰ ਅਸੀਂ 1 ਜੁਲਾਈ ਤੋਂ ਮਾਨਯੋਗ ਮੁੱਖ ਮੰਤਰੀ ਜੀ ਨੇ ਐਲਾਨ ਕਰ ਦਿੱਤਾ ਲਾਗੂ ਕਰਨ ਦਾ ਇਹਦੇ ਨਾਲ ਨਾਲ ਮਹਿਲਾਵਾਂ ਨੂੰ ਇੱਕ 1000 ਰੁਪਏ ਦੀ ਗਰੰਟੀ ਹੈ ਸੋ ਹੋਰ ਜਿੰਨੀਆਂ ਵੀ ਗਰੰਟੀਆਂ ਪੰਜਾਬ ਦੇ ਅੰਦਰ ਸੇ ਲੋਕਾਂ ਨੂੰ ਦਿੱਤੀਆਂ ਨੇ ਹੈਲਥ ਦੀ ਗਰੰਟੀ ਹੈ ਹਰ ਬੰਦਾ ਰੋਟੀ ਆਪਣੇ ਘਰੇ ਮਾੜੀ ਚੰਗੀ ਖਾ ਲੈਂਦਾ ਪਰ ਜਦੋਂ ਜਾਕਮਸ ਤੋਂ ਉਹਨੂੰ ਕੋਈ ਵੱਡੀ ਬਿਮਾਰੀ ਲੱਗਦੀ ਹੈ ਤਾਂ ਸਰਕਾਰੀ ਹਸਪਤਾਲਾਂ 'ਚ ਇਲਾਜ ਨਹੀਂ ਹੈ ਪ੍ਰਾਈਵੇਟ 'ਚ ਕਰਾ ਨਹੀਂ ਸਕਦੇ ਉਸ ਵੇਲੇ ਲੋਕ ਤਾਂ ਉੱਪਰ ਹੀ ਦੇਖਦੇ ਆ ਵੀ ਰੱਬਾ ਸਾਡਾ ਜੀਵ ਚਾਲਾ ਸਾਡੀ ਜਾਨ ਬਚਾ ਲੈ ਸੋ ਸਰਕਾਰ ਨੇ ਆਮਦਵੀ ਪਾਰਟੀ ਨੇ ਜਿਹੜੀ ਹੈਲਥ ਗਰੰਟੀ ਦਿੱਤੀ ਹੈ ਉਹਦੇ ਉੱਤੇ ਵੀ ਵਰਕ ਜਿਹੜਾ ਹੋਣਾ ਸ਼ੁਰੂ ਹੋ ਗਿਆ ਹਰ ਵਿਧਾਨ ਸਭਾ 'ਚ ਇੱਕ ਵੱਡਾ ਕਲੀਨਿਕ ਜਿਹੜਾ ਖੁੱਲਣ ਲਈ ਜਾ ਰਿਹਾ ਮਾਨਚੂਗ ਮੁੱਖ ਮੰਤਰੀ ਜੀ ਨੇ ਐਲਾਨ ਕੀਤਾ ਸੋ ਕਾਫੀ ਕੁਝ ਪੰਜਾਬ ਦੇ ਅੰਦਰ ਜਿਹੜੀਆਂ ਗਰੰਟੀਆਂ ਦਿੱਤੀਆਂ ਉਹਦੇ ਚ ਵੀ ਲੋਕਾਂ ਨੇ ਕਵਰ ਹੋਣਾ ਸੋ ਮੇਰੇ ਜ਼ਿਲ੍ਹੇ ਦੇ ਅੰਦਰ ਖਾਸ ਕਰਕੇ ਮੇਰੇ ਹਲਕੇ ਦੇ ਅੰਦਰ ਲੋਕਾਂ ਨੂੰ ਬੁਨਿਆਦੀ ਜਿਹੜੀਆਂ ਸਹੂਲਤਾਂ ਉਹ ਮਿਲਣਾ ਔਰ ਟੂਰਿਜ਼ਮ ਸਾਡਾ ਇੱਥੇ ਵਿਕਸਿਤ ਹੋਵੇ ਇਹ ਤੇ ਨਾਲ ਦੇ ਨਾਲ ਜਿਹੜਾ ਪ੍ਰਸ਼ਾਸਨ ਹੈ ਸਾਡਾ ਜਿਹੜਾ ਪ੍ਰਸ਼ਾਸਨ ਬੇਮੁਖ ਜਿਹਾ ਹੋਇਆ ਪਿਆ ਲੋਕਾਂ ਤੋਂ ਉਹਨੂੰ ਲੀਤ ਲਿਆ ਰਿਆਂ ਸਾਨੂੰ ਖੁਸ਼ੀ ਇਸ ਗੱਲ ਦੀ ਆ ਵੀ ਕਰਾਪਸ਼ਨ ਬਹੁਤ ਵੱਡੀ ਪੱਧਰ ਤੇ ਘਟੀਆ ਪੰਜਾਬ ਦੇ ਅੰਦਰ ਸਾਜੇ ਸਾਜੇ ਇਹ ਜੁੰਦਾ ਜਾਗਦਾ ਪੰਜਾਬ ਸਾਡਾ ਬਣੇ ਰੰਗਲਾ ਪੰਜਾਬ ਬਣੇ ਔਰ ਮੈਂ ਕਹਿ ਸਕਦਾ ਬਈ ਸੱਚ ਉਹਨੇ ਇਦਾਂ ਦਾ ਪੰਜਾਬ ਬਣੇ ਜਿੱਥੇ ਦੁਬਾਰਾ ਮਿਲਖਾ ਸਿੰਘ ਪੈਦਾ ਹੋਣ ਜਿੱਥੇ ਪ੍ਰਾਣੀਆਂ ਸਾਡੀਆਂ ਜਿਹੜਾ ਸੱਭਿਆਚਾਰ ਆ ਉਹ ਸੁਰਜੀਤ ਹੁੰਦਾ ਸਾਨੂੰ ਦਿਸੇ ਇਸ ਪਾਸੇ ਮੇਰੀ ਸਰਕਾਰ ਵੀ ਮੇਰੇ ਮਾਨਯੋਗ ਮੁੱਖ ਮੰਤਰੀ ਜੀ ਵੀ ਔਰ ਸਾਰਾ ਸਾਡਾ ਜਿਹੜਾ ਆ ਆਮ ਆਦਮੀ ਪਾਰਟੀ ਦਾ ਮੰਤਰੀ ਮੰਡਲ ਵਿਧਾਇਕ ਸਾਹਿਬ ਉਹ ਵਰਕ ਕਰ ਰਹੇ ਆ ਸੋ ਉਮੀਦ ਕਰਦੇ ਆ ਵੀ ਪੰਜਾਬ ਥੋੜੇ ਸਮੇਂ ਤੋਂ ਬਾਅਦ ਕਿਉਂਕਿ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਸਾਨੂੰ ਥੋੜਾ ਸਮਾਂ ਵੀ ਦਿੱਤਾ ਜਾਵੇ ਅਜੇ 50 ਦਿਨ ਹੋਏ ਆ 50 ਦਿਨਾਂ ਦੇ ਅੰਦਰ ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਕ腐ਸ਼ਨ ਨੂੰ ਰੋਕਣ ਦੇ ਲਈ 26554 ਨੌਕਰੀਆਂ ਦਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰ ਦਿੱਤਾ ਆ ਵਿਦਨ 2 ਮਹੀਨੇ ਜਿਹੜੀਆਂ ਉਹ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਮਿਲ ਜਾਣੀਆਂ ਨੇ ਘਰ ਘਰ ਰਾਸਨ ਦੀ ਡਿਲੀਵਰੀ ਦਾ ਕੀਤਾ ਆ ਬਿਜਲੀ ਦਾ ਬਹੁਤ ਵੱਡਾ ਇਤਿਹਾਸਕ ਕੰਮ ਕੀਤਾ ਪੰਜਾਬ ਦੇ ਅੰਦਰ ਸੋ ਆ ਆ ਖਾਸ ਕਰਕੇ ਜਿਹੜਾ ਖੇਤੀਬਾੜੀ ਦਾ ਜਿੱਦਾਂ ਆਪਾਂ ਕਹਿ ਸਕਦੇ ਆ ਆਪ ਜਿਹਦਾ ਧਰਤੀ ਦਾ ਪਾਣੀ ਥੱਲੇ ਜਾ ਰਿਹਾ ਆ ਪੰਜਾਬ ਡਾਰਕ ਹੋਣ ਵਾਲੇ ਪਾਸੇ ਜਾ ਰਿਹਾ ਪੰਜਾਬ ਦਾ ਫਿਰਲਾ ਪਾਣੀ ਸੋ ਆ ਲਗਾਤਾਰ ਇੱਕ ਮੰਗ ਉੱਠਦੀ ਰਹੀ ਆ ਵੀ ਪੰਜਾਬ ਨੂੰ ਚੋਹਾਨੇ ਚੋਂ ਕਢੋ ਕਣਕ ਚੋਂ ਕਢੋ ਬਾਰੇ ਇਹਦੇ ਤੇ ਹਮਲ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਇਹ ਪਹਿਲੀ ਸਰਕਾਰ ਆ ਮਾਨਜੋਗ ਮੁੱਖ ਮੰਤਰੀ ਜੀ ਨੇ ਸਿੱਧੀ ਬਜਾਈ ਦਾ ਲੋਕਾਂ ਨੂੰ ਹੁਕਾ ਦਿੱਤਾ ਆ ਔਰ ਇਸ ਵਾਰ ਚੌਹਨੇ ਤੇ ਕਣਕ ਦੇ ਦਰਮਿਆਨ ਜਿਹੜੀ ਮੂੰਗੀ ਬੀਜਣ ਦਾ ਮੁੱਖ ਮੰਤਰੀ ਜੀ ਨੇ ਮਲੋਕਨ ਐਲਾਨ ਕੀਤਾ ਆ ਪਰ ਵੱਡੀ ਗੱਲ ਇਹ ਆ ਵੀ ਕਿਸਾਨ ਨੂੰ ਐਮਐਸਪੀ ਮੂੰਗੀ ਦੇ ਉੱਤੇ ਤੇ ਮੰਡੀਕਰਨ ਦੇਣ ਦੀ ਜਿਹੜੀ ਗਰੰਟੀ ਮੁੱਖ ਮੰਤਰੀ ਜੀ ਨੇ ਦਿੱਤੀ ਆ ਮੈਂ ਸਮਝਦਾ ਇਹ ਬਹੁਤ ਨਵਿਕਲੇ ਮਤਲਬ ਜਿਹੜੇ ਐਲਾਨ ਨੇ ਸੋ ਪਠਾਨਕੋਟ ਵੀ ਪੰਜਾਬ ਦੇ ਨਕਸ਼ੇ ਤੇ ਹੋਰ ਉਗੜੇ ਹੋਰ ਇਹਦੀ ਇਨਖਾਰ ਆਵੇ ਅਸੀਂ ਪੰਜਾਬ ਪਠਾਨਕੋਟ ਦੇ ਲੋਕਾਂ ਦੀਆਂ ਮਤਲਬ ਜੜੀਆਂ ਜ਼ਿੰਦਗੀ ਨੂੰ ਵੇਤਰ ਕਰਨ ਦੇ ਲਈ ਜਿਹੜੀਆਂ ਆਪਣੀਆਂ ਸਵਾਵਾ ਦੇ ਰਹੇ ਆ ਔਰ ਵੱਤਬਦ ਇਥੋਂ ਦੇ ਲੋਕਾਂ ਨੂੰ ਵਿਰਿਆਤ ਮਿਲੇ ਸਹੂਲਤਾ ਮਿਲਣ ਇਹ ਸਾਡਾ ਕੰਟੈਂਟ ਹੈ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਵੇਖ ਰਹੇ ਸੀਗੇ ਕਿ ਕਿਵੇਂ ਆਮ ਪਰਿਵਾਰ ਚੋਟ ਕੇ ਇੱਕ ਸਧਾਰਨ ਲੋਕਾਂ ਨੇ ਇੱਕ ਸਧਾਰਨ ਬੰਦੇ ਕਿੱਥੇ ਤੱਕ ਪਹੁੰਚਾ ਦਿੱਤਾ ਸੋ ਇਹ ਆ ਕਿ ਸਾਦਗੀ ਅਤੇ ਸਿੰਪਲੀਸਿਟੀ ਹਮੇਸ਼ਾ ਹੀ ਪਰਮਾਤਮਾ ਬੂਰ ਪਾਉਂਦਾ ਸੋ ਅਜਿਹੀਆਂ ਖਾਸ ਸ਼ਖਸੀਅਤਾਂ ਦੀ ਜਾਣਕਾਰੀ ਲਈ ਜੁੜੇ ਰਹੋ ਪੰਜਾਬ ਟੂਡੇ